ਕੇਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਇਹਦੇ ਖਾਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਕੇਟੀਵੀ ਦੀ ਹਮੇਸ਼ਾ ਹੀ ਇਹ ਖਾਸ ਗੱਲ ਰਹਿੰਦੀ ਹੈ ਕਿ ਤੁਹਾਡੇ ਵਾਸਤੇ ਕੋਈ ਨਾ ਕੋਈ ਕਿਸੇ ਖਾਸ ਗੈਸਟ ਨੂੰ ਲਿਆ ਕੇ ਤਨਕਰਾਨੇ ਰੂਬਰੂ ਪਰ ਅੱਜ ਦੇ ਜਿਹੜੇ ਖਾਸ ਗੈਸਟ ਨੇ ਉਹ ਹੋਣਗੇ ਜੀ ਫਿਲਮ ਤੂਫਾਨ ਸਿੰਘ ਤੋਂ ਜਿਵੇਂ ਤੁਹਾਨੂੰ ਪਤਾ ਹੈ ਕਿ ਚਾਰ ਕਰਸ ਨੂੰ ਫਿਲਮ ਆਰੀਆ ਤੂਫਾਨ ਸਿੰਘ ਤੇ ਉਸਦੀ ਪੂਰੀ ਟੀਮ ਪਹੁੰਚੀ ਹੈ ਯੂਕੇ ਦੇ ਵਿੱਚ ਤੇ ਉਹ ਯੂਕੇ ਚ ਪਹੁੰਚੇ ਨੇ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ ਜੀ ਸੋ ਬਸ ਇੰਨਾ ਕੇ ਫਰਕ ਹੈ ਜੀ ਉਹ ਸੱਤ ਸਮੁੰਦਰੋਂ ਪਾਰ ਆਏ ਆ ਤੇ ਅਸੀਂ ਵਰਮਿੰਗਮ ਤੋਂ ਚੱਲ ਕੇ ਲੰਡਨ ਆਏ ਆ ਜੀ ਪਰ ਕਰਾਂਗੇ ਕੁਝ ਖ ਸੋਚੇ ਫਾਲੀਜੀ ਸਸਟ੍ਰੇਕਾਲ ਜੀ ਸਸਟ੍ਰੇਕਾਲ ਸ਼ਿਫਾਲੀ ਜੀ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਕਿ ਤੁਸੀਂ ਪੰਜਾਬ ਤੋਂ ਸੱਚੀ ਤੁਸੀਂ ਪੰਜਾਬ ਤੋਂ ਹਾਂ ਮੈਂ ਪੰਜਾਬ ਤੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਪਲੀ ਬੜੀ ਅੰਮ੍ਰਿਤਸਰ ਦੀਆਂ ਅੱਛਾ ਜੀ ਤੇ ਤੁਸੀਂ ਪੰਜਾਬੀ ਬੜੀ ਵਿਚ ਵਿਚਾਲੇ ਵਾਲੀ ਬੋਲਦੇ ਹੋ ਹਾਂ ਬਿਕੋਜ਼ ਮੈਂ ਬੰਬੇ ਸ਼ਿਫਟ ਚਤੋਦੀ ਹੋਈ ਹਾਂ ਤੇ ਉਦੋਂ ਦਾ ਯੂ ਨੋ ਡੇਲੀ ਸੋਪ ਕਰ ਕਰਕੇ ਥੋੜੀ ਪੰਜਾਬੀ ਗਾਇਬ ਹੁੰਦੀ ਪਈ ਪਰ ਗਾਇਬ ਨਹੀਂ ਹੁੰਦੀ ਪਈ ਥੋੜੀ ਜੀ ਇੰਗਲਿਸ਼ ਟੱਚ ਆਂਦਾ ਪਿਆ ਵਿੱਚ ਨਹੀਂ ਵੈਸੇ ਮੈਂ ਬਹੁਤ ਠੇਢ ਪੰਜਾਬੀ ਵੀ ਬੋਲਦੀ ਆ ਬਹੁਤ ਠੇਢ ਬੋਲ ਰਹੇ ਤੁਸੀਂ ਬੜਾ ਚੰਗਾ ਲੱਗਿਆ ਜੀ ਸੋ ਸ਼ਫਾਲੀ ਸ਼ਰਮਾ ਜੀ ਜੇ ਅਪਾ ਗੱਲ ਕਰੀਏ ਤੁਹਾਡੀ ਜਿਹੜੀ ਆਉਣ ਵਾਲੀ ਫਿਲਮ ਤੂਫਾਨ ਸਿੰਘ ਦੀ ਜਿਹੜੀ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਆ ਸੋ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਬਹੁਤ ਟਾਈਮ ਤੋਂ ਇੰਤਜ਼ਾਰ ਸੀ ਇਹ ਮੂਵੀ ਦਾ 2 ਸਾਲ ਲੱਗ ਗਏ ਮੂਵੀ ਨੂੰ ਤੇ ਫਾਈਨਲੀ ਹੁਣ ਰਿਲੀਜ਼ ਹੋ ਰਹੀ ਹੈ ਸਭ ਦਾ ਹਾਰਡ ਵਰਕ ਜਿੰਨਾ ਸਾਰਿਆਂ ਨੇ ਕੀਤਾ ਹੈ ਜਿਨ੍ਹਾਂ ਨੇ ਇੰਤਜ਼ਾਰ ਕੀਤਾ ਹੈ ਉਹ ਸਾਰਿਆਂ ਦਾ ਹੁਣ ਸਭ ਦੇ ਸਾਹਮਣੇ ਆਏਗਾ ਤੇ ਸਭ ਬਹੁਤ ਐਕਸਾਈਟਿਡ ਨੇ ਮੂਵੀ ਨੂੰ शिवाली जी इससे तो पहला भी ਤੁਸੀਂ ਕਿਦਾਂ ਦੀ ਫਿਲਮਾਂ ਕਰ ਚੁੱਕੇ ਹੋ ਨਹੀਂ ਹੈ ਮੇਰੀ ਫਰਸਟ ਮੂਵੀ ਹੈ ਤੇ ਬਹੁਤ ਉਮੀਦ ਹੈ ਮੂਵੀ ਤੋਂ बिकॉज ਇੱਕ ਬਹੁਤ ਅੱਛਾ ਕਨਸੈਪਟ ਲੈ ਕੇ ਇਹ ਮੂਵੀ ਲਈ ਮੈਂ ਹਾਂ ਕੀਤੀ ਸੀ ਤੇ ਬਹੁਤ ਮਿਹਨਤ ਕੀਤੀ ਗਈ ਹੈ ਮਤਲਬ ਬਹੁਤ ਸੁਪਰਬ ਰੀਅਲਿਸਟਿਕ ਵੇ ਨਾਲ ਇਹ ਮੂਵੀ ਨੂੰ ਬਣਾਇਆ ਗਿਆ ਹੈ ਤੇ ਲੈਟਸ ਹੋਪ ਫॉर द बेस्ट ਅਸ਼ਫਾਲੀ ਜੀ ਜਿਹੜੀ ਤੁਸੀਂ ਇਹ ਮੂਵੀ ਤੂਫਾਨ ਸਿੰਘ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਐਸੇ ਕਿਰਦਾਰ ਦੇ ਉੱਤੇ ਮੂਵੀ ਬਣੀ ਹੈ ਕਿ ਜਿਸ ਨੂੰ ਪੂਰਾ ਪੰਜਾਬ ਪਿਆਰ ਕਰਦਾ ਸੀ ਤੇ ਤੁਸੀਂ ਅਗੋਂ ਉਹਨਾਂ ਦੀ ਵਾਈਫ ਦਾ ਰੋਲ ਕੀਤਾ ਇਸ ਫਿਲਮ ਦੇ ਵਿੱਚ ਸੋ ਤੁਹਾਨੂੰ ਇਹ ਕਿਰਦਾਰ ਕਰਨ ਲੱਗਿਆਂ ਕਿੰਨੀ ਕ ਮੁਸ਼ਕਲ ਆਈ ਜਾਂ ਉਸ ਕਿਰਦਾਰ ਨੂੰ ਸਮਝਣ ਲਈ ਤੁਹਾਨੂੰ ਕਿੰਨਾ ਕ ਟਾਈਮ ਲੱਗਿਆ ਪਹਿਲਾਂ ਤੇ ਮੈਂ ਬਹੁਤ ਕਨਫਿਊਜ਼ ਸੀ ਬਿਕਾਜ਼ ਬਹੁਤ ਵੱਡੀ ਚੀਜ਼ ਹੈ ਜੋ ਕੈਰੈਕਟਰ ਅਸੀਂ ਕਰ ਮੈਂ ਕਰਦੀ ਪਈਆਂ ਰਣਜੀਤ ਕਰਦਾ ਪਿਆ ਇੱਕ ਬਹੁਤ ਮਤਲਬ ਬਹੁਤ ਅਸੀਂ ਸੋਚ ਵੀ ਨਹੀਂ ਸਕਦੇ ਅੱਜ ਦੀ ਜਨਰੇਸ਼ਨ ਐਦਾਂ ਦਾ ਕੁਝ ਕਰਨਾ ਬਿਲਕੁਲ ਨਹੀਂ ਸੋਚ ਸਕਦੇ ਆ ਤੇ ਜਦੋਂ ਪ੍ਰੈਸ ਕਾਨਫਰੈਂਸ 'ਚ ਮੈਂ ਫਰਸਟ ਟਾਈਮ ਉਹਨਾਂ ਦੀ ਸਿਸਟਰ ਨੂੰ ਮਿਲੀ ਸੀ ਤੇ ਉਹਨਾਂ ਦੀ ਡਾਟਰ ਨੂੰ ਮਿਲੀ ਸੀ ਉਹਨਾਂ ਤੋਂ ਜੋ ਮੈਂ ਸੁਣਿਆ ਸੀ ਬਹੁਤ ਕੁਝ ਇਨਸਪੀਰੇਸ਼ਨ ਮਿਲੀ ਸੀ ਸਾਨੂੰ ਮੋਟੀਵੇਸ਼ਨ ਮਿਲੀ ਸੀ ਕਿ ਮਤਲਬ ਮਤਲਬ ਐਦਾਂ ਦੇ ਵੀ ਲੋਕੀ ਸੀ ਜੋ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਬਿਲਕੁਲ ਵੀ ਤੇ ਉਹ ਚੀਜ਼ ਮੈਂ ਕਰਨ ਜਾ ਰਹੀ ਸੀ ਤੇ ਆਈ ਥਿੰਕ ਸੋ ਬਹੁਤ ਬਹੁਤ ਵੱਡੀ ਗੱਲ ਹੈ ਮੇਰੇ ਲਈ ਜੋ ਤੁਸੀਂ ਜਦੋਂ ਕੋਈ ਵੀ ਆਰਟਿਸਟ ਨਾ ਫਿਲਮ ਨੂੰ ਚੂਜ਼ ਕਰਦਾ ਹੈਗਾ ਸਕ੍ਰਿਪਟ ਪੜਦਾ ਹੈਗਾ ਸੋ ਮੁੰਲਾ ਦਾ ਕਿ ਖਾਸ ਤੌਰ ਤੇ ਜੇ ਬੰਬੇ ਦੀ ਗੱਲ ਕਰੀਏ ਬੰਬੇ ਵਾਲੇ ਆਰਟਿਸਟ ਇਹਨਾਂ ਗੱਲਾਂ ਤੋਂ ਬੜਾ ਹੀ ਕੰਨੀ ਘਤਰੌਂਦੇ ਆ ਜਾਂ ਕਹਿੰਦੇ ਕਿ ਇਹ ਨਹੀਂ ਇਹ ਜਿਹੜਾ ਕੌਂਟ੍ਰੋਵਰਸ਼ਲ ਕਹਿੰਦੇ ਨੇ ਇਦਾਂ ਦੇ ਸਬਜੈਕਟ ਨੂੰ ਕਿਉਂਕਿ ਪਤਾ ਨਹੀਂ ਕੋਈ ਲੋਕ ਦੇਖੂਗਾ ਕਿ ਨਹੀਂ ਦੇਖੂਗਾ ਸੋ ਜਦੋਂ ਤੁਸੀਂ ਫਸਟ ਟਾਈਮ ਸਕ੍ਰਿਪਟ ਪੜੀ ਸੋ ਉਸ ਟਾਈਮ ਤੁਹਾਡਾ ਫਸਟ ਰਿਐਕਸ਼ਨ ਕੀ ਸੀ ਕਿ ਇੱਕ ਵਾਰ ਤੁਸੀਂ ਐਕਸਾਈਟਿਡ ਸੀ ਕਿ ਮੈਨੂੰ ਮੂਵੀ ਮਿਲ ਗਈ ਕਿ ਜਾਂ ਤੁਸੀਂ ਸੋਚ ਰਹੇ ਸੀ ਕਿ ਮੈਂ ਕਰਾਂ ਕਿ ਨਾ ਕਰਾਂ ਨੇ ਮੈਂ ਐਕਸਾਈਟਿਡ ਐਸਲੀ ਨਹੀਂ ਮੈਂ ਐਕਸਾਈਟਿਡ ਸੀ ਪਰ ਐਸਲੀ ਨਹੀਂ ਸੀ ਕਿ ਮੈਨੂੰ ਮੂਵੀ ਮਿਲ ਗਈ ਸੀ ਬਿਕੋਜ਼ ਪੰਜਾਬੀ ਇੰਡਸਟਰੀ ਚ ਮੈਂ ਕਦੋਂ ਦੀ ਜਾਣਾ ਚਾਹਦੀ ਸੀ ਪਰ ਮੈਨੂੰ ਕੋਈ ਏਦਾਂ ਦਾ ਕਨਸੈਪਟ ਨਹੀਂ ਮਿਲ ਰਿਹਾ ਸੀ ਜਿਹਦੇ ਨਾਲ ਮੈਂ ਐਂਟਰੀ ਕਰਾਂ ਆਪਣੀ ਮੈਨੂੰ ਮੂਵੀਸ ਤੇ ਤੁਸੀਂ ਕਰ ਸਕਦੇ ਹੋ ਕੋਈ ਵੀ ਪਰ ਐਂਟਰੀ ਜਿਸ ਨਾਲ ਕਰਾਂ ਕਿ ਲੋਕੀ ਯਾਦ ਰੱਖਣ ਕੋਈ ਕੈਰੈਕਟਰ ਤੇ ਉਹ ਹਲੇ ਤੱਕ ਨਹੀਂ ਮਿਲ ਰਿਹਾ ਸੀ ਤੇ ਜਦੋਂ ਮੈਂ ਇਹਦੀ ਸਟੋਰੀ ਸੁਣੀ ਇਹਦੀ ਬਰੀਫਿੰਗ ਲਈਤੀ ਤੇ ਐਕਚੁਅਲ ਜੇ ਤੁਸੀਂ ਵੇਖੋ ਮੇਰੇ ਜਿੰਨੇ ਵੀ ਸ਼ੋਅ ਹੈ ਬਾਨੀ ਹੋ ਗਿਆ ਜਾਂ ਦੂਜੇ ਸ਼ੋਅ ਹੋ ਗਏ ਉਹ ਸਾਰੇ ਰੀਅਲਿਸਟਿਕ ਬੇਸਡ ਹੈ ਕਿ ਸਾਰੇ ਰੀਅਲ ਲਾਈਫ ਬੇਸਡ ਸ਼ੋ ਹੈ ਜਿਹੜਾ ਬਾਣੀ ਸੀ ਉਹ ਐਨਆਰਆਈ ਬੇਸਡ ਸੀ ਤੇ ਜਿਹੜਾ ਤੂਫਾਨ ਸਿੰਘ ਵੀ ਹੈ ਇੱਕ ਬਹੁਤ ਰੀਅਲਿਸਟਿਕ ਕੈਰੈਕਟਰ ਸੀ ਤੇ ਸਿਰਫ ਉਸ ਚੀਜ਼ ਤੇ ਕਾਰਨ ਮੈਂ ਹਾਂ ਕੀਤੀ ਸੀ ਮੈਂ ਵੀ ਇਹ ਉਰਤਾ ਸੋਚੀ ਹੈ ਨਾ ਆਪਣੇ ਡਾਇਰੈਕਟਰ ਸਾਹਿਬ ਰਿਕੀ ਜੀ ਇਹ ਕੁੜੀ ਦੇਖੀ ਦੇਖੀ ਲੱਗਦੀ ਕਿਤੇ ਜਿਹੜਾ ਉਹਨੇ ਕਿਹਾ ਨਾ ਬਾਣੀ ਤੇ ਹੁਣ ਪਤਾ ਲੱਗਾ ਵਾਕਈ ਜੀ ਸ਼ਿਫਾਲੀ ਸ਼ਰਮਾ ਵਾਕਈ ਪੰਜਾਬ ਤੋਂ ਹੈ ਜਿੱਦਾਂ ਦਾ ਨੇ ਬਾਣੀ ਦੇ ਵਿੱਚ ਵੀ ਬਹੁਤ ਅੱਛਾ ਰੋਲ ਸੀ ਰੋਲ ਕੀਤਾ ਸੀਗਾ ਸੋ ਯਾਦਗਾਰ ਰੋਲ ਹੈ ਕਿ ਫੈਮਿਲੀ ਇੱਕ ਬਹੁਤ ਹੀ ਅੱਛਾ ਫੈਮਿਲੀ ਦਾ ਇਨਵਰਮੈਂਟ ਸੀਗਾ ਸੋਸ਼ਫਲੀ ਜੀ ਜੇ ਮੈਂ ਗੱਲ ਕਰਾਂ ਕਿ ਜੇ ਤੁਸੀਂ ਗੱਲ ਕੀਤੀ ਕਿ ਤੁਸੀਂ ਇੰਡਸਟਰੀ ਦੇ ਵਿੱਚ ਐਂਟਰੀ ਕਰਨਾ ਚਾਹੁੰਦੇ ਸੀਗੇ ਸੋ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਲੱਕੀ ਮੰਨਦੇ ਹੋ ਕਿ ਪੰਜਾਬੀ ਫਿਲਮਾਂ ਐਡੇ ਵੱਡੇ ਬਜਟ ਦੀਆਂ ਨਹੀਂ ਬਣਦੀਆਂ ਪਰ ਇਹ ਉਸ ਟਾਈਮ ਦੀ ਆਪਣੀ ਸਭ ਤੋਂ ਵੱਡੀ ਫਿਲਮ ਸੀ ਜਿਹਦੇ ਵਿੱਚ ਕਿ ਮੈਨੂੰ ਲੱਗਾ ਪ੍ਰੋਡੂਸਰ ਨੇ ਬਿਨਾਂ ਸੋਚੇ ਸਮਝੇ ਬਹੁਤ ਖਰਚਾ ਕੀਤਾ ਫੋਰ ਏਵਰੀ ਐਸਪੈਕਟ ਸੋ ਤੁਹਾਨੂੰ ਕੀ ਲੱਗਦਾ ਆਈ ਥਿੰਕ ਸੋ ਇਹਦੇ ਲਈ ਮੈਂ ਗੋਡ ਨੂੰ ਥੈਂਕ ਕਰਾਂਗੀ ਕਿ ਮੈਂ ਜਿਹੜਾ ਟਰਾਈ ਕਰ ਰਹੀ ਸੀ ਕਿ ਜਿੱਥੋਂ ਦੀ ਮੈਂ ਪਲੀ ਬੜੀ ਆ ਜੋ ਮੇਰੀ ਸੰਸਕ੍ਰਿਤੀ ਹੈ ਮੇਰੀ ਮਾਂ ਬੋਲੀ ਹੈ ਪੰਜਾਬੀ ਕਿ ਉਸ ਇੰਡਸਟਰੀ ਚ ਮੈਂ ਕੁਝ ਕਰਾਂ ਤੇ ਉਹਨਾਂ ਨੇ ਐਂਟਰੀ ਹੀ ਮੇਰੀ ਉਹ ਮੂਵੀ ਨਾਲ ਕਰਾਈ ਜੋ ਐਕਚੁਅਲ ਚ ਬਹੁਤ ਅੱਛਾ ਕਨਸੈਪਟ ਹੈ ਬਹੁਤ ਹਾਈ ਬਜਟ ਮੂਵੀ ਹੈ ਜਿਹਦਾ ਆਲ ਓਵਰ ਸਭ ਮਤਲਬ ਸਹੀ ਹੈ ਬਹੁਤ ਅੱਛਾ ਹੈ ਸੋ ਪੇਰੈਂਟਸ ਦੀ ਕੀ ਰਿਐਕਸ਼ਨ ਹੈ ਹੁੰਦਾ ਪੇਰੈਂਟਸ ਨੂੰ ਵੀ ਹੁੰਦਾ ਕਿ ਸਾਡੀ ਧੀ ਨੇ ਫਿਲਮ ਕਰਨੀ ਆ ਸੋ ਉਹਦੇ ਲੈਵਲ ਦੀ ਹੈ ਜਾਂ ਉਹਦੇ ਕੈਰੈਕਟਰ ਦੇ ਹਿਸਾਬ ਨਾਲ ਹੁੰਦਾ ਨਾ ਆਪਣੇ ਪੰਜਾਬੀ ਫੈਮਿਲੀਸ ਦੇ ਵਿੱਚ ਸੋ ਤੁਹਾਡੇ ਪੇਰੈਂਟਸ ਦੀ ਕੀ ਫੀਲਿੰਗ ਹੈ ਮੇਰੇ ਪਾਪਾ ਬਹੁਤ ਖੁਸ਼ ਸੀ ਬਿਕਾਜ਼ ਜਸਟ ਕਨਸੈਪਟ ਜੋ ਪਿੰਡਰਾ ਵਾਲਿਆਂ ਦਾ ਹੈਗਾ ਆ ਉਹ ਮੇਰੇ ਪੇਰੈਂਟਸ ਮੇਰੇ ਦਾਦਾ ਦਾਦੀ ਸਭ ਫੇਸ ਕਰ ਚੁੱਕੇ ਨੇ ਤੇ ਉਹ ਬਹੁਤ ਐਕਸਾਈਟਿਡ ਸੀ ਕਿ ਮੈਨੂੰ ਇਹ ਮਤਲਬ ਉਹ ਕੈਰੈਕਟਰ ਦਰਸ਼ਾਨ ਦਾ ਰஞ்சிਤ ਨੂੰ ਉਹ ਕੈਰੈਕਟਰ ਦਰਸ਼ਾਨ ਦਾ ਮੌਕਾ ਮਿਲਿਆ ਜੋ ਅੱਜ ਦੀ ਜਨਰੇਸ਼ਨ ਨੂੰ ਐਕਚੁਅਲ ਚ ਨਹੀਂ ਪਤਾ ਸੀ ਜੋ ਮੈਨੂੰ ਵੀ ਬਿਲਕੁਲ ਨਹੀਂ ਪਤਾ ਸੀ ਹਾਲੇ ਕਿ ਮੈਂ 90s ਦੀ ਹਾਂ ਤੇ ਇਦਾਂ ਦਾ ਕੁਝ ਹੈ ਨਹੀਂ ਪਰ ਕੁਝ ਨੋਲੇਜ ਵੀ ਨਹੀਂ ਸੀ ਦੂਰ ਦੂਰ ਦੀ ਕਿ ਉਹਨਾਂ ਨੇ ਕੀ ਕੁਝ ਫੇਸ ਕੀਤਾ ਸੀ ਉਹ 80s ਦੇ ਟਾਈਮ ਚ ਤੇ ਜਦੋਂ ਮੈਂ ਦੱਸਿਆ ਆਪਣੇ ਪਾਪਾ ਨੂੰ ਮੇਰੇ ਦਾਦੂ ਵੀ ਕੋਲ ਸੀ ਉਹਨਾਂ ਨੂੰ ਵੀ ਦੱਸਿਆ ਤੇ ਐਕਚੁਅਲ ਚ ਮੇਰੇ ਦਾਦੂ ਦੀ ਅੱਖਾਂ ਚ ਪਾਣੀ ਸੀ ਤੇ ਜੋ ਮਤਲਬ ਮੈਂ ਵੇਖ ਕੇ ਹੀ ਵਾਸ ਨਾਟ ਅਬਾਊਟ ਟੂ ਸੇ ਐਨੀਥਿੰਗ ਟੂ ਮੀ ਉਹ ਬਸ ਚੁੱਪ ਚੁੱਪ ਸੁਣਦੇ ਪਏ ਸੀ ਤੇ ਮੈਂ ਵੇਖ ਕੇ ਸਮਝ ਗਈ ਸੀ ਕਿ ਜੋ ਵੀ ਮੂਵੀ ਫੜੀ ਬਹੁਤ ਚੰਗੀ ਫੜੀ ਹੈ ਬਹੁਤ ਚੰਗੀ ਫੜੀ ਹੈ ਜਿਹੜੀ ਤੁਸੀਂ ਗੱਲ ਕੀਤੀ ਫੀਲਿੰਗ ਦੀ ਹਨਾ ਕਿ ਤੁਹਾਡੇ ਪੇਰੈਂਟਸ ਵੀ ਉਸ ਚੀਜ਼ ਨਾਲ ਅਟੈਚ ਸੀਗੇ ਉਹਨਾਂ ਨੂੰ ਬੜਾ ਚੰਗਾ ਲੱਗਿਆ ਸੁਣ ਕੇ ਕਿ ਸਾਡੀ ਬੇਟੀ ਅੱਛੀ ਮੂਵੀ ਕਰਦੀ ਹੈਗੀ ਹੈ ਪਰ ਜੇ ਅਪਰ ਥੋੜਾ ਰੀਅਲ ਲਾਈਫ ਦੀ ਗੱਲ ਕਰੀਏ ਸੋ ਕਈ ਵਾਰ ਤਾਂ ਹੁੰਦਾ ਕਿ ਤੁਸੀਂ ਕੋਈ ਫਿਲਮ ਕਰਦੇ ਹੋ ਤੁਹਾਡੇ ਰੀਅਲ ਲਾਈਫ ਤੇ ਵੀ ਬੜਾ ਇੰਪੈਕਟ ਪੈਂਦਾ ਹੁਣ ਤੁਸੀਂ ਇਹ ਫਿਲਮ ਕਰਨ ਤੋਂ ਬਾਅਦ ਵਾਕਿਆ ਤੁਸੀਂ ਜਿਸ ਤਰੀਕੇ ਨਾਲ ਆ ਬਾਬਾ ਜਗਰਾਤ ਸਿੰਘ ਦੀ ਫੈਮਲੀ ਨੂੰ ਮਿਲੇ ਆ ਉਹਨਾਂ ਦੀ ਸਿਸਟਰ ਨੂੰ ਬੇਟੀ ਨੂੰ ਸੋ ਤੁਹਾਨੂੰ ਲੱਗਾ ਕਿ ਕੁਝ ਤੁਹਾਡੀ ਰੀਅਲ ਲਾਈਫ ਤੇ ਵੀ ਉਸਦਾ ਇੰਪੈਕਟ ਪਿਆ ਹੈਗਾ ਬਿਲਕੁਲ ਪਿਆ ਹੈ बिकॉज़ ਜੋ ਹੈ ਲੇਡੀ ਸੀ ਇਹ ਬਹੁਤ ਸਟਰੋਂਗ ਲੇਡੀ ਸੀ ਬਹੁਤ ਸਟਰੋਂਗ ਲੇਡੀ ਸੀ ਆ ਦੇ ਟਾਈਮ ਤੇ ਵੀ ਅਸੀਂ ਕਹਿੰਦੇ ਆ ਕਿ ਕੁੜੀਆਂ ਬਹੁਤ ਸਟਰੋਂਗ ਹੋ ਗਈਆਂ ਕੁੜੀਆਂ ਬਹੁਤ ਅੱਗੇ ਵਧ ਗਈਆਂ ਪਰ ਜੋ ਜੋ ਸਟਰੋਂਗਨੈਸ ਉਹਨਾਂ ਨੇ ਦਿਖਾਈ ਹੈ ਆਈ ਥਿੰਕ ਸੋ ਅੱਜ ਦੀ ਜਨਰੇਸ਼ਨ ਵੀ ਨਹੀਂ ਦਿਖਾਏਗੀ ਸ਼ਾਇਦ ਤੇ ਬਹੁਤ ਇਨਸਪੀਰੇਸ਼ਨ ਇਨਸਪੀਰੇਸ਼ਨ ਮਿਲੀ ਹੈ ਮੈਨੂੰ ਉਹਨਾਂ ਤੋਂ ਕਿ ਲਾਈਫ ਚ ਕਦੀ ਵੀ ਗਲਤ ਦਾ ਸਾਥ ਨਾ ਦੋ ਭਾਵੇਂ ਸਹੀ ਲਈ ਕੁਝ ਵੀ ਫੇਸ ਕਰਨਾ ਪਵੇ ਪਰ ਹਮੇਸ਼ਾ ਸਹੀ ਦਾ ਸਾਥ ਦੋ ਸੋ ਜੇ ਖਾਸ ਤੋ ਤੇ ਮੈਂ ਐਸ ਫਿਲਮ ਦੀ ਗੱਲ ਕਰਾਂ ਐਸ ਫਿਲਮ ਦੇ ਵਿੱਚ ਜੋ ਤੁਸੀਂ ਆਪਣਾ ਰੋਲ ਨਿਭਾਇਆ ਕਿਰਦਾਰ ਨਿਭਾਇਆ ਸੋ ਸਭ ਤੋਂ ਟਫ ਸੀਨ ਤੁਹਾਡੇ ਵਾਸਤੇ ਕਿਹੜਾ ਸੀ ਜੋ ਤੁਹਾਨੂੰ ਲੱਗੇ ਕਿ ਯਾਰ ਮੈਨੂੰ ਇਹ ਇਹ ਇਮੋਸ਼ਨ ਚਾਹੀਦੇ ਆ ਪਰ ਮੈਂ ਤੋ ਉਸ ਇਮੋਸ਼ਨ ਤੱਕ ਮੈਂ ਪਹੁੰਚ ਨਹੀਂ ਪਾ ਰਹੀ ਹੁੰਦਾ ਨਾ ਉਹ ਐਡਾ ਟਫ ਸੀਨ ਸੀ ਆਈ ਥਿੰਕ ਸੋ ਲਾਸਟ ਸੀਨ ਜਿੱਥੇ ਰੰਜੀਤ ਸੌਰੀ ਤੂਫਾਨ ਸਿੰਘ ਦੀ ਡੈਥ ਦੀ ਨਿਊਜ਼ ਆਂਦੀ ਹੈ ਮੇਰੇ ਕੋਲ ਤੇ ਮੇਰੇ ਹੱਥ ਚ 2 ਮਹੀਨੇ ਦੀ ਬੱਚੀ ਹੈ ਤੇ ਮਤਲਬ ਉਹਨੂੰ ਗਲੇ ਲਾ ਕੇ ਜੋ ਰੋਣਾ ਹੈ ਜੋ ਫੀਲਿੰਗਸ ਹੈ ਕਿ ਮੈਂ ਉੱਥੇ ਜਾ ਵੀ ਨਹੀਂ ਸਕਦੀ ਕਿਉਂਕਿ ਪੁਲਿਸ ਨੇ ਫੜਾਇਆ ਤੇ ਮੈਂ ਜੇ ਉੱਥੇ ਗਈ ਤੇ ਬੱਚੀ ਵੀ ਅੰਦਰ ਜਾਏਗੀ ਮੈਂ ਵੀ ਅੰਦਰ ਜਾਵਾਂਗੀ ਉਹ ਜਿਹੜੀ ਫੀਲਿੰਗਸ ਹੀ ਨਾ ਕਿ ਪਤੀ ਮਰਿਆ ਹੈ ਪਰ ਮੈਂ ਮਿਲ ਵੀ ਨਹੀਂ ਸਕਦੀ ਉਹਦੀ ਬਾਡੀ ਵੀ ਨਹੀਂ ਵੇਖ ਸਕਦੀ ਆ ਆਈ ਥਿੰਕ ਸੋ ਵਾਟ ਅਪ ਸੀ ਮੇਰੇ ਲਈ ਉਹ ਫੀਲਿੰਗ ਲੈ ਆਨੀ ਸੋ ਹਾਂਜੀ ਹੁਣ ਓਵਰਆਲ ਫਿਲਮ ਦੀ ਤੁਸੀਂ ਕਾਫੀ ਗੱਲ ਕੀਤੀ ਹੈਗੀ ਆ ਸੋ ਗੱਲ ਕਰੀਏ ਰਣਜੀਤ ਬਾਵਾ ਜੀ ਨਾਲ ਕੰਮ ਕਰਕੇ ਕਿਦਾਂ ਲੱਗਿਆ ਬਹੁਤ ਵਧੀਆ ਲੱਗਿਆ ਬਿਕਾ ਮੈਨੂੰ ਯਾਦ ਆ ਸੀ ਫਰਸਟ ਟਾਈਮ ਮਿਲੇ ਸੀ ਪ੍ਰੈਸ ਕਾਨਫਰੰਸ 'ਚ ਇਹ ਮੂਵੀ ਧੀ ਤੇ ਤਾਂ ਸਾਨੂੰ ਯਾਦ ਆ ਸੀ ਤੇ ਪਹਿਲਾਂ ਯੂਨੀਵਰਸਿਟੀ ਦੇ ਟਾਈਮ ਤੋਂ ਨਾਲ ਹਾਂ ਮਤਲਬ ਓਪਨਿੰਗ ਗੈਸਟ ਆਈਟਮਸ ਕਰਦੇ ਸੀ ਪਰਫਾਰਮ ਤੇ ਮੈਂ ਆਪਣਾ ਥੀਏਟਰ ਲੈ ਕੇ ਆਂਦੀ ਸੀ ਬੀਬੀਕੇ ਵੱਲੋਂ ਤੇ ਉਦੋਂ ਤੋਂ ਇੱਕਦਮ ਯਾਦ ਆ ਕਿ ਅਸੀਂ ਪਹਿਲਾਂ ਹੀ ਵੀ ਮਿਲ ਚੁੱਕੇ ਹਾਂ ਤੇ ਉਹਨਾਂ ਕੰਮ ਕਰਨ ਦਾ ਮੌਕਾ ਮਿਲਿਆ ਸੀ ਤੇ ਦੋਨਾਂ ਲਈ ਫਰਸਟ ਮੂਵੀ ਸੀ ਤੇ ਬਹੁਤ ਅੱਛਾ ਰਿਹਾ ਸਾਡਾ ਦੋਨਾਂ ਦਾ ਐਕਸਪੀਰੀਅੰਸ ਬਹੁਤ ਅੱਛਾ ਸੀ ਤੁਸੀਂ ਥੀਏਟਰ ਕਰਦੇ ਰਹੇ ਹੋ ਮੈਂ ਦੂਜੀ ਕਲਾਸ ਚ ਸੀ ਜਦੋਂ ਮੈਂ ਥੀਏਟਰ ਸ਼ੁਰੂ ਕੀਤਾ ਸੀ ਕਰਨਾ ਬੀਬੀਕੇ ਡੀਵੀ ਕਾਲ ਸ਼ੋਅ ਤੁਸੀਂ ਕਿਹੜਾ ਪਲੇ ਕੀਤਾ ਬੀਬੀਕੇ ਡੀਵੀ ਦੀ ਕਾਲਜ ਤੋਂ ਸਰੋਗੇਸੀ ਦੇ ਉੱਤੇ ਮੈਂ ਕੀਤਾ ਸੀ ਹਾਂ ਤੇ ਇੱਕ ਲੇਡੀ ਦੇ ਉੱਤੇ ਸੀ ਜਿਨੇ ਆਪਣਾ ਸਭ ਕੁਝ ਖੋਤਾ ਹੈ ਹਾਂ ਉਹਨਾਂ ਦੇ ਉੱਤੇ ਸੀ ਉਹ ਮੈਂ ਉਹ ਮੈਂ ਦੋਨੋਂ ਦੇਖੇ ਦੋਨੋਂ ਨੈਸ਼ਨਲ ਅਵਾਰਡ ਜਿੱਤਦੇ ਹੋ ਇਹਨੇ ਸ਼ੋਰ ਨੇ ਉਹੀ ਕਹਿਣ ਲੱਗਾ ਸੀ ਨੈਸ਼ਨਲ ਅਵਾਰਡ ਨੇ ਤੇ ਦੋਨੋਂ ਹੀ ਮੈਂ ਦੇਖੇ ਹੋਏ ਨੇ ਓਕੇ ਮੈਂ ਵੀ ਥੀਏਟਰ ਆਰਟਿਸਟਾਂ ਜੀ ਮੈਂ ਡੀਏ ਬੀ ਕੋਲ ਜਲੰਧਰ ਵੱਲੋਂ ਅਸੀਂ ਹੁੰਦੇ ਹੁੰਦੇ ਸਟੇਮ ਲੈ ਕੇ ਆਪਣੇ ਏਪੀਜੀ ਨਹੀਂ ਨਹੀਂ ਨਾ ਏਪੀਜੀ ਫਾਈਨਰਸ ਉਹ ਡਿਫਰੈਂਟ ਆ ਡੀਏ ਬੀ ਜਲੰਧਰ ਹਾਂ ਡੀਏ ਬੀ ਜਲੰਧਰ ਡਿਫਰੈਂਟ ਆ ਸੋ ਉਧਰੋਂ ਆਂਦਰੇ ਮੜਾ ਚੰਗੜਾ ਕਹਿੰਦੇ ਕਿ ਵਾਕਈ ਮੈਨੂੰ ਲੱਗਦਾ ਕਿ ਤੁਸੀਂ 4 ਅਗਸਤ ਨੂੰ ਜਦੋਂ ਫਿਲਮ ਦੇਖੋਗੇ ਤਾਂ ਬਹੁਤ ਪ੍ਰਾਊਡ ਫੀਲ ਕਰੋਗੇ ਕਿਉਂਕਿ ਕਾਲ ਹੋ ਗਿਆ ਜੀ ਤੇ ਮੈਂ ਚਾਹੁੰਨਾ ਕਿ ਥੋੜਾ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਆ 4 ਅਗਸਤ ਨੂੰ ਫਿਲਮ ਆ ਰਹੀ ਹੈ ਮੈਂ ਹੀ ਮੈਸੇਜ ਦਵਾਂਗੀ ਕਿ ਪਲੀਜ਼ ਵੇਖੋ ਜਿੰਨਾ ਜੋ ਨਿਊ ਜਨਰੇਸ਼ਨ ਹੈ ਉਹ ਵੀ ਖਾਸ ਕਰਕੇ ਵੇਖੋ ਕਿ ਅਸੀਂ ਕਿਹੜੀ ਕਿਹੜੀ ਚੀਜ਼ਾਂ ਹੋ ਚੁੱਕੀਆਂ ਜਿਹੜੀ ਸਾਨੂੰ ਨਹੀਂ ਪਤਾ ਜਿੱਦ ਤੋ ਅਸੀਂ ਰੂਬਰੂ ਨਹੀਂ ਹੈਗੇ ਆ ਤੇ ਪਲੀਜ਼ ਜਾ ਕੇ ਵੇਖੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਹੁਤ ਕੁਝ ਯਾਦ ਆਏਗਾ ਤੇ ਪਲੀਜ਼ ਜਾ ਕੇ ਜ਼ਰੂਰ ਵੇਖੋ ਬਹੁਤ ਵਧੀਆ ਮੂਵੀ ਹੈ ਬਹੁਤ ਕੁਝ ਬਹੁਤ ਚੰਗੇ ਚੰਗੇ ਮੈਸੇजेस ਦੇਣ ਵਾਲੀ ਮੂਵੀ ਹੈ ਸੱਚੀ ਜੀ ਸੀਰੀਅਸਲੀ ਨਹੀਂ ਸੀਰੀਅਸਲੀ ਇਟਸ ਅ ਵੈਰੀ ਗੁੱਡ ਮੂਵੀ ਜੀ ਬਿਲਕੁਲ ਜੀ ਜਿੱਥੇ ਕਿ ਤੁਸੀਂ ਅੱਜ ਤੁਹਾਨੂੰ ਅਸੀਂ ਰੂਬਰੂ ਕਰਵਾਇਆ ਸ਼ਿਫਾਲੀ ਸ਼ਰਮਾ ਜੀ ਦੇ ਨਾਲ ਮੈਨੂੰ ਵੀ ਬੜੀ ਖੁਸ਼ੀ ਹੋਈ ਕਿਉਂਕਿ ਇੱਕ ਲੰਬੇ ਸਮੇਂ ਬਾਅਦ ਇੱਕ ਥੀਏਟਰ ਆਰਟਿਸਟ ਦੇ ਨਾਲ ਇੰਟਰਵਿਊ ਕਰਦੇ ਬੜਾ ਮਜ਼ਾ ਆਇਆ ਤੇ ਵਾਕਈ ਜਿਵੇਂ ਤੁਸੀਂ ਦੱਸਿਆ ਕਿ ਜੀ ਮਨੁੱਖ ਸੁਣ ਕੇ ਆਪਣਾ ਬੜੀ ਖੁਸ਼ੀ ਹੋਈ ਕਿ ਜਦੋਂ ਇਹ ਥੀਏਟਰ ਵਾਲਿਆਂ ਦੀ ਫੀਲਿੰਗ ਸਿਰਫ ਥੀਏਟਰ ਵਾਲੇ ਜਾਣ ਸਕਦੇ ਆ ਕਿ ਜਦੋਂ ਥੀਏਟਰ ਵਾਲੇ ਮਿਲਦੇ ਨੇ ਇਹਨਾਂ ਜੀ ਬੜੀ ਖੁਸ਼ੀ ਹੁੰਦੀ ਹੈ ਸੋ 4 ਅਗਸ ਨੂੰ ਭੁੱਲਣਾ ਜਾਇਓ ਜੀ ਸਾਡੀਆਂ ਗੱਲਾਂ ਬਾਤਾਂ ਵੀ ਤੁਸੀਂ ਸੁਣ ਲੀਆਂ ਨੇ ਪਰ ਇਹ ਚੀਜ਼ ਨਾ ਭੁੱਲ ਜਾਓ ਕਿ 4 ਅਗਸ ਨੂੰ ਤੂਫਾਨ ਸਿੰਘ ਜਿਹੜੇ ਸ਼ਹੀਦ ਪਾਪਾ ਜੋਗਰਾਜ ਸਿੰਘ ਜੀ ਦੀ ਹਿਸਟਰੀ ਤੇ ਫਿਲਮ ਬਣੀ ਹੈ ਫਿਲਮ ਤੂਫਾਨ ਸਿੰਘ ਉਹਨੂੰ ਆਪਾਂ ਅੱਜ ਕੇ ਸਪੋਰਟ ਕਰਨੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਰਟਿਸਟਾਂ ਨੇ ਇਹਨੇ ਰੂਹ ਦੇ ਨਾਲ ਇਹਨੇ ਸ਼ਿੱਦਤ ਦੇ ਨਾਲ ਕੰਮ ਕੀਤਾ ਸ ਕਰੀਏ ਸੋ ਜੀ ਤੁਹਾਨੂੰ ਅੱਜ ਦਾ ਸ਼ੋਅ ਕਿਵੇਂ ਲੱਗਿਆ ਆਪਣੀ ਫੀਡਬੈਕ ਦਿੰਨਾ ਭੁੱਲਣਾ 0121 295000 ਤੇ ਫੋਨ ਕਰਕੇ ਆਪਣਾ ਤੁਸੀਂ ਜਿਹੜਾ ਹੈ ਕਿ ਪਿਆਰ ਸਾਡਾ ਸਾਂਝਾ ਕਰ ਸਕਦੇ ਹੋ ਸੋ ਸ਼ਿਫਾਲੀ ਜੀ ਜਸਟ ਫਿਊ ਵਰਡਸ 4K TV ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੀ ਮੂਵੀ ਨੂੰ ਪ੍ਰੋਮੋਟ ਕਰ ਰਹੇ ਹੋ ਇੱਕ ਬਹੁਤ ਅੱਛੇ ਕਨਸੈਪਟ ਨੂੰ ਪ੍ਰੋਮੋਟ ਕਰ ਰਹੇ ਹੋ ਤੇ ਆਈ ਥਿੰਕ ਸੋ ਥੈਂਕ ਯੂ ਇਜ਼ ਅ ਵੈਰੀ 빅 ਵਰਡ ਫॉर देम ਥੈਂਕ ਯੂ ਤੁਹਾਡਾ ਥੈਂਕ ਯੂ ਸੀ ਅਸੈਪਟ ਕਰਦੇ ਆ ਜੀ ਤੁਸੀਂ ਸਾਨੂੰ ਥੈਂਕ ਯੂ ਕਿਹਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਸੋ ਜੀ ਕੱਲ ਨੂੰ ਫਿਰ ਮਿਲਾਂਗੇ ਜੀ ਕਿਸੇ ਖਾਸ ਸ਼ਖਸੀਅਤ ਦੇ ਨਾਲ ਇਸੇ ਤਰੀਕੇ ਨਾਲ ਕਰਾਵਾਂਗੇ ਰੂਬਰੂ ਸੋ ਦੇਖਦੇ ਰਹੋ ਕੇ ਟੀਵੀ ਦਿੰਦੇ ਰਹੋ ਸਪੋਰਟ ਲੈਣੇ ਦੀ ਇਜਾਜ਼ਤ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ